ਰੂਹ ਦੇ ਨਾਲ ਬੰਦ ਕੁੱਖਾਂ ਓਪਨ ਹੋ ਰਹੀ ਯਿਸੂ ਮਸੀਹ ਦੇ ਨਾਮ ਦੇ ਵਿੱਚ, ਬੰਦ ਕੁੱਖਾਂ ਓਪਨ ਹੋ ਰਹੀ ਯਿਸੂ ਮਸੀਹ ਦੇ ਨਾਮ ਦੇ ਵਿੱਚ, ਫ੍ਰੀ ਹੋ ਰਹੀ ਯਿਸੂ ਮਸੀਹ ਦੇ ਨਾਮ ਦੇ ਵਿੱਚ, ਗੁੱਸੇ ਦਾ ਆਤਮਾ ਜਾਏ, ਆਖੋ ਕੇ ਰੋਗ ਜਾਏ, ਬੀਪੀ ਰੋਗ ਜਾਏ, ਸ਼ੂਗਰ ਜਾਏ, ਲਿਗੋਰੀਆ ਜਾਏ, ਲਿਗੋਰੀਆ ਜਾਏ, ਲਿਗੋਰੀਆ ਜਾਏ, ਹੱਡੀਆਂ ਦੇ ਰੋਗ ਜਾਣ, 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 ਹੋਲੀ ਗੋਸ ਫਾਇਰ, 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 ਸਭ ਜੀਵਾਂ ਕੋਲ ਮੈਂ ਦੁਸ਼ਾਪਨ ਨੂੰ ਅੱਗ ਦੇਣਾ ਵਾਂ, ਹਰ ਉਹ ਰਿਸ਼ਤਾ ਜਿਹੜਾ ਸ਼ੈਤਾਨ ਦੀ ਨੂੰ ਮੈਂ ਫਾਇਰ ਦੇਣਾ ਵਾਂ, ਹਰ ਉਹ ਦੁਸ਼ਟ ਆਤਮਾ ਜੋ ਮੇਰੇ ਜੀਵਨ ਦੇ ਅੰਦਰ ਆ, ਜੋ ਮੇਰੇ ਕੋਲ ਗਲਤ ਕੰਮ ਕਰਾਉਂਦੀ ਨੂੰ ਮੈਂ ਫਾਇਰ ਦੇਣਾ ਵਾਂ, ਹਰ ਉਹ ਚੂਹੇ ਦੇ ਗੰਦੇ ਆਤਮਾ ਨੂੰ ਅੱਗ ਦੇਣਾ ਵਾਂ, ਚੁਗਲੀ ਦੇ ਆਤਮਾ ਨੂੰ ਅੱਗ ਦੇਣਾ ਵਾਂ, ਈਰਖਾ ਦੇ ਆਤਮਾ ਨੂੰ ਮੈਂ ਫਾਇਰ ਦੇਣਾ, ਸਭ ਲੱਚੀ ਵਾਂਗੇ ਚੋ ਮੈਨੂੰ ਪੂਰੀ ਕਲੀਸਿਆ ਦੀ ਆਵਾਜ਼ ਫਾਇਰ ਦੀ ਆਵਾਜ਼ ਹੋਣੀ ਚਾਹੀਦੀ, ਫਾਇਰ ਫਾਇਰ, ਜਾਦੂ ਡਰਾਉਣ ਦੀ ਨਹੀਂ ਫਾਇਰ, ਲਿਬੇ ਬਾਬਾ ਬਕਾ ਨਾ ਬਾਬਾ ਸੁੰਦਨ ਵਿਵੇਸ਼ਨ ਨਾ ਨਾ ਨਿਬੰਧਨ ਨਿਵੇਸ਼ਨ ਨਾ ਨਾ ਲਿਕੋ ਸੋ ਕਰੋ ਕੋ ਸ਼ੰਧਨ ਨਾ ਬਾ ਲਿਕੋਰੀ ਦੇ ਰੋਗੀ ਠੀਕ ਹੋਏ ਨੇ, ਸ਼ਮਾ ਬਾਬਾ 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 ਸਭ ਨੇ ਪ੍ਰੇਰ ਕਰ ਲਈ ਉੱਚੀ ਆਵਾਜ਼ ਹੋਏ ਤੇ ਤੁਸੀਂ ਕਿਸੇ ਇੱਕ ਦੂਜੇ ਨੇ ਦੇਖਣਾ ਨਹੀਂ ਆ, ਅੱਜ ਤੁਹਾਡੇ ਪਾਉਣ ਦਾ ਡਿਆ ਪਿਆ ਗਰਮੀ ਦੇ ਵਿੱਚ, ਬਿਮਾਰੀਆਂ ਨੂੰ ਜਾਣ ਵਾਸਤੇ ਹੁਕਮ ਦੋ, ਕਮਾਂਡ ਕਰੋ, ਕਮਾਂਡ ਕਮਾਂਡ ਵਿੱਚ ਹੁਕਮ ਦੇਣਾ, ਰਾਈਟ ਨਾਓ ਐਸੇ ਵਕਤ ਹੀਲਿੰਗ ਡਿਲੀਵਰੈਂਸ ਸਭ ਰੋਜੀ ਵਾਜ ਵਿੱਚ, ਜਿਹਨਾਂ ਕੋ ਬੁੱਧੀ ਦੀ ਬੁੱਧੀ ਮੰਗਣੀ ਸ਼ੁਰੂ ਕਰੋ, ਪ੍ਰਭੂ ਨੇ ਈਸ਼ਵਰੀ ਬੁੱਧੀ ਦਾ ਬੰਧਨ ਮ ਸੁਕੁੰਧਨ ਮ ਸੁੰਧਨ ਨਬ ਨਿਬੰਧਨ ਵੇ ਸ਼ੁਕੁਲ ਵੇ ਸ਼ੰਧਨ ਨਬ ਨਾ ਪ੍ਰਾਲੇ ਸੌਂਦਰੀਆ ਨਾ ਹਨ ਨਬ ਉਸੰਦਰ ਵੇ ਸ਼ਕਲ ਬਲ ਬਲ ਬ ਸ਼ਕ ਬੋਣਾ ਦੁਸ਼ਟਾਂ ਨੂੰ ਫਾਇਰ ਦੋ, ਫਾਇਰ ਦੋ, ਸ਼ੁਪੇ ਦੁਸ਼ਟਾਂ ਦੇ ਸਾਹਮਣੇ ਆ ਰਹੀ ਯਿਸੂ ਮਸੀਹ ਦੇ ਨਾਮ ਦੇ ਵਿੱਚ, ਪਿਤਾ ਪੁੱਤਰ ਪਵਿੱਤਰ ਆਤਮਾ ਦਾ ਐਂਜਲਸ ਮੰਡਲੀ ਵਿੱਚ ਆਉਣ, ਤੇਰੇ ਐਂਜਲਸ ਆਉਣ, ਹੋਲੀ ਗੋਸ, 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 ਲਿਬੀ ਬੀਬੀ ਨਾ ਖਾ ਬਾਬਾ ਸੰਧਨ ਬੇਰੇ ਬੇਰੇ ਬੀਰੀ ਨਾ ਬਲਾ ਲਾ ਖਾ ਬਾਬਾ ਲਾ ਖਾ ਬਾਬਾ, ਪ੍ਰਭੂ ਕਹਿ ਰਹੇ ਕੋਈ ਖੰਭੀਆਂ ਕੱਖ ਤੋਂ ਘੱਟ ਦੇਖਦਾ ਜਿਹਨੂੰ ਉਹਦੀ ਅੱਖ ਖੁੱਲ੍ਹ ਰਹੀ, ਪ੍ਰਭੂ ਜੀ ਮੈਨੂੰ ਦੱਸ ਰਹੇ ਨੇ ਕਿ ਇਹਦੀ ਖੱਬੀ ਅੱਖ ਦੇ ਵਿੱਚ ਪ੍ਰੋਬਲਮ, ਉਹਨੂੰ ਘੱਟ ਹੋ ਜਾਏਗਾ ਤਾਂ ਦਿਖਾਈ ਦੇਦਾ ਉਹਦੀ ਅੱਖ ਠੀਕ ਹੋ ਰਹੀ ਆ, ਸਭ ਪ੍ਰੇਰ ਕਰੋ ਜਿਹਨੇ ਅਗਲੇ ਬੰਦੇ ਖਲੋਤੇ ਆ, ਰੁਕਣਾ ਨਹੀਂ ਕਿਹਾ, ਤੁਹਾਡੀ ਆਵਾਜ਼ ਮੈਨੂੰ ਬਹੁਤ ਉੱਚੀ ਆਵਾਜ਼ ਮੇਰੀ ਡਾਟੋ, ਡਾਟੋ ਦਾ ਮਤਲਬ ਦੁਸ਼ਟ ਆਤਮਾ ਨੂੰ ਆ ਕੇ ਮੰਗੋ ਕਿ ਪਿਤਾ ਤੁਹਾਡੇ ਸਵਰਗ ਦੂਤ ਆ ਜਾਣ, ਜੋ ਵੀ ਜਾਦੂ ਟੁਣਾ ਪ੍ਰੋਬਲਮ ਪ੍ਰਭੂ ਗੁਪਤ ਰੋਗ ਅੱਜ ਸਾਡੇ ਜੀਵਨ ਨੂੰ ਛੱਡ ਕੇ ਜਾਣ, ਪਿਤਾ ਪੁੱਤਰ ਪਵਿੱਤਰ ਆਤਮਾ ਤੁਹਾਡੇ ਸਾਮਰਥੀ ਨਾਮ ਚ ਰਾਈਟ ਨਾਓ, ਇਸ ਵਕਤ ਹੁਕਮ ਦਿੰਦੇ ਆ ਜਾਦੂ ਟੋਣੇ ਨੂੰ, ਅੱਧੇ ਸਿਰ ਦੀ ਦਰਦ ਨੂੰ, ਸਿਰ ਦੇ ਵਾਲ ਚੜ੍ਹਨ ਨੂੰ, ਹੱਡੀਆਂ ਦੇ ਰੋਗ ਨੂੰ, ਗੁੱਟਿਆਂ ਦੇ ਰੋਗਾਂ ਨੂੰ, ਕਿਡਨੀ ਦੇ ਰੋਗਾਂ ਨੂੰ, ਸ਼ੂਗਰ ਦੇ ਰੋਗ ਨੂੰ ਬੋਲੋ ਉੱਚੀ ਆਵਾਜ਼ ਦੇ ਵਿੱਚ, ਸਭ ਬੋਲੋ ਉੱਚੀ ਆਵਾਜ਼ ਬੋਲੋ ਬੋਲੋ, ਸਭ ਉੱਚੀ ਆਵਾਜ਼ ਵਿੱਚ ਬੋਲੋ, ਸਭ ਉੱਚੀ ਵਾਰੀ ਪ੍ਰੇਰ ਕਰੋ, ਸਭ ਕੁੱਟੋ ਦੁਸ਼ਟਾਂ ਨੂੰ ਕੁੱਟ ਕੁੱਟ ਕੇ ਬੋਲੋ, ਸਭਾ ਬਾਬਾ 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 ਨੇ ਬੀਬੀ ਕੇ ਬੀਬੀ ਕੇ ਮਮਾ ਸੰਧਨ ਨਬਾ ਨਿਬੰਧਨ ਮ ਸੁੰਧਨ ਬੀਬੀ ਸੰਧਨ ਨਬਾ ਲਬਾ ਬਾ ਸੰਧਰ ਬੇ ਬੇ ਬੰਧਰ ਮਹੰਦਰ ਲਿਖੋ ਸੋ ਕੋ ਬੀਬੀ ਸੰਧਨ ਨਬਾ ਸੇਬੀ ਦੇ ਬੀਬੀ ਕਾ ਬਾਬਾ ਨਾ ਕੋ ਮਮਾ ਸੰਧਨ ਨਬਾ ਸਾਹ ਪ੍ਰੇਰ ਕਰੋ
ਪ੍ਰੀ ਹੋ ਰਿਹਾ ਕਿਸੇ ਕੋਲ ਕੰਮ ਨਹੀਂ ਉਹਨੂੰ ਕੰਮ ਮਿਲਣ ਵਾਸਤੇ ਜਾ ਰਿਹਾ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਕਿ ਜੋ ਤੁਸੀਂ ਮੰਗੋਗੇ ਜੋ ਹੋਏਗਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਵਿੱਤਰ ਕਹਿ ਰਿਹਾ ਕਿ ਤੁਸੀਂ ਉਹ ਅੱਜ ਆਸ਼ੀਸ਼ਿਤ ਲੋਕ ਹੋਗੇ ਜਿਹੜੇ ਲੋਕ ਆਵਾਜ਼ ਨੂੰ ਸੁਣ ਕੇ ਫੋਲੋ ਕਰੋਗੇ ਪਵਿੱਤਰ ਕਹਿ ਰਿਹਾ ਕਿ ਤੁਸੀਂ ਆਸ਼ੀਸ਼ਿਤ ਲੋਕ ਹੋਗੇ ਜੋ ਆਵਾਜ਼ ਨੂੰ ਸੁਣ ਕੇ ਉਸ ਨੂੰ ਫੋਲੋ ਕਰੋਗੇ ਆਪਣੇ ਗਲੇ ਖੋਲੋ ਪ੍ਰਭੂ ਜੀ ਮੈਨੂੰ ਦੱਸ ਰਿਹਾ ਉਹਨੂੰ ਬੋਲ ਲੱਗਾ ਆਪਣੇ ਗਲੇ ਖੋਲੋ ਗਲੇ ਖੋਲ ਕੇ ਮੰਗਣਾ ਸ਼ੁਰੂ ਕਰੋ ਉੱਚੀ ਆਵਾਜ਼ ਦੇ ਵਿੱਚ ਜੋ ਤੁਹਾਡੇ ਕੋਲ ਨਹੀਂ ਆ ਜੋ ਤੁਹਾਡੇ ਕੋਲ ਜਾ ਚੁੱਕਾ ਉਹਨੂੰ ਫੇਰ ਮੰਗੋ ਮਾਹੌਲ ਨੂੰ ਠੰਡਾ ਨੀ ਕਰਨਾ ਚੁੱਕ ਕੇ ਆਵਾਜ਼ ਰੱਖੋ ਸਾਰੇ ਮਾਹੌਲ ਨੂੰ ਠੰਡਾ ਨੀ ਕਰਨਾ ਨਸ਼ੇ ਦੀਆਂ ਦੁਸ਼ਟਾਤਮਾਵਾਂ ਜਾਣ ਨਸ਼ੇ ਦੀਆਂ ਦੁਸ਼ਟਾਤਮਾਵਾਂ ਜਾਣ ਨਸ਼ੇ ਦੀਆਂ ਦੁਸ਼ਟਾਤਮਾਵਾਂ ਜਾਣ ਨਸ਼ੇ ਦੀਆਂ ਦੁਸ਼ਟਾਤਮਾਵਾਂ ਜਾਣ ਪ੍ਰਭੂ ਮਸੀਹ ਦੇ ਨਾਮ ਦੇ ਵਿੱਚ 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 ਬੀ ਹੀਲਡ ਬੀ ਹੀਲਡ ਬੀ ਹੀਲਡ ਬੀ ਹੀਲਡ ਬੀ ਹੀਲਡ ਜਿਹੜੇ ਵੀ ਪ੍ਰਭੂ ਜੀ ਕਹਿ ਰਹੇ ਨਸ਼ਾ ਕਰਦੇ ਆਪਣੇ ਸਿਰ ਤੇ ਆਤਮਾ ਡਾਟੋ ਹੋਲੀ ਸਪਿਰਿਟ ਦੇ ਨਾਮ ਤੇ ਡਾਟੋ ਦੁਸ਼ਟਾਂ ਨਸ਼ੇ ਦੇ ਆਤਮਾ ਡਾਟੋ ਸਮੋਕਿੰਗ ਨੂੰ ਡਾਟੋ ਨਸ਼ੇ ਨੂੰ ਡਾਟੋ ਕੋਈ ਭੈਣੇ ਜਗ੍ਹਾ ਤੇ ਘਰ ਦੇ ਨਾਲ ਬਲੈਸ ਹੋ ਰਹੀ ਆ ਬੱਚੇ ਦੇ ਨਾਲ ਬਲੈਸ ਹੋ ਰਹੀ ਆ ਜੋਬ ਦੇ ਨਾਲ ਬਲੈਸ ਹੋ ਰਹੀ ਆ ਪ੍ਰਭੂ ਹੀਲ ਕਰਨ ਵਾਸਤੇ ਜਗ੍ਹਾ ਤੇ ਸੁਰ ਦੀ ਉੱਚੀ ਉੱਚੀ ਵਿੱਚ ਮੰਗਣਾ ਸ਼ੁਰੂ ਕਰੋ ਜਿਹੜੇ ਮੰਗਣਾ ਵਾਸਤੇ ਆਪਣੀ ਆਪਣੀ ਆਵਾਜ਼ ਨੂੰ ਡਾਂਟੋਗੇ ਦੁਸ਼ਟਾਤਮਾ ਸ
ਸੱਜੇ ਦੇ ਖੱਬੇ ਬੱਕੇ ਦੇ ਅੰਦਰ ਤਾਂ ਗਾੜੀਆਂ ਸ਼ੁਰੂ ਹੋ ਚੁੱਕੀਆਂ ਵਾ ਲੈਫਟ ਔਰ ਰਾਈਟ ਦੇ ਅੰਦਰ ਤਾਂ ਜਾਓ ਜਾ ਰਹੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨੀ ਆਤਮਾ ਜ਼ਾਹਿਰ ਹੋ ਜਾਏ ਜੋ ਵੀ ਦੁਸ਼ਟ ਆਤਮਾ ਜ਼ਾਹਿਰ ਹੋ ਜਾਏ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੋ ਵੀ ਦੁਸ਼ਟ ਆਤਮਾ ਜ਼ਾਹਿਰ ਹੋ ਜਾਏ ਯਿਸੂ ਦੇ ਨਾਮ ਦੇ ਵਿੱਚ ਜੋ ਵੀ ਦੁਸ਼ਟ ਆਤਮਾ ਜ਼ਾਹਿਰ ਹੋ ਜਾਓ ਜ਼ਾਹਿਰ ਹੋ ਜਾਓ ਦੁਸ਼ਟ ਆਤਮਾ ਜ਼ਾਹਿਰ ਹੋ ਜਾਏ 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 ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਸਭ ਉੱਚੀ ਬਾਤ ਵਿੱਚ ਮੈਨੂੰ ਬਾਤ ਵੀ ਸੁਣ ਰਹੀ ਪੂਰੀ ਕਲੀਸਿਆ ਦੇ ਪਿੱਛੇ ਤੱਕ ਮੇਰੀ ਆਵਾਜ਼ ਆਣੀ ਤੇਰੀ ਜਿਹੜੇ ਫ੍ਰੀ ਹੋਣਾ ਚਾਹੁੰਦੇ ਆ ਪ੍ਰਭੂ ਕਹਿ ਰਿਹਾ ਕੋਈ ਬਾਰ ਬਾਰ ਕੰਨਾਂ ਵਿੱਚ ਤੀਲੇ ਮਾਰਦਾ ਠੀਕ ਹੋ ਰਿਹਾ ਵਾ ਕੋਈ ਬਾਰ ਬਾਰ ਕੰਨਾਂ ਵਿੱਚ ਤੀਲੇ ਮਾਰਦਾ ਪ੍ਰਭੂ ਜੀ ਕਹਿ ਰਹੇ ਉਹਨੂੰ ਬੋਲ ਕਿ ਬਾਜ ਸੁਣ ਤੇ ਜੋ ਕਿਹਾ ਜਾ ਕਹਿ ਰਹੇ ਨੇ ਉਹ ਕਰ ਜਿਹੜੇ ਲੋਕ ਸੁਣ ਰਹੇ ਨੇ ਪ੍ਰਭੂ ਜੀ ਕਹਿ ਰਹੇ ਨੇ ਕਿ ਜਿਹੜੇ ਲੋਕ ਕੰਨਾਂ ਵਿੱਚ ਤੀਲਾ ਮਾਰਦੇ ਆ ਤੇ ਜੋ ਉਹਨੂੰ ਆਵਾਜ਼ ਆ ਰਹੀ ਉਹਨੂੰ ਸੁਣ ਤੇ ਕਰ ਸੁਣ ਤੇ ਕਰ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਬਾਰ ਬਾਰ ਗਲਤੀ ਕਰਦੇ ਆ ਔਰ ਪ੍ਰਭੂ ਜੀ ਕਹਿ ਰਹੇ ਕਿ ਬਾਰ ਬਾਰ ਉਹਨਾਂ ਦੀ ਮਾਫੀ ਨਹੀਂ ਆ ਮੈਂ ਉਹਨਾਂ ਨੂੰ ਬਾਰ ਬਾਰ ਮਾਫ ਨਹੀਂ ਕਰਾਂਗਾ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਜੀ ਕਹਿ ਰਹੇ ਜੋ ਬਾਰ ਬਾਰ ਗਲਤੀ ਹੁੰਦੀ ਆ ਦੁਬਾਰਾ ਦੁਬਾਰਾ ਫਿਰ ਪ੍ਰਭੂ ਜੀ ਕਹਿ ਰਹੇ ਕਿ ਉਹ ਪਾਪ ਕਰਦੇ ਆ ਉਹਨਾਂ ਦੇ ਵਾਸਤੇ ਕੀ ਵਾਰ ਆ ਤੁਹਾਡੀ ਮਰਜ਼ੀ ਨਹੀਂ ਆ ਮੇਰਾ ਦਾਸ ਪ੍ਰਭੂ ਜੀ ਕਹਿ ਰਹੇ ਕਿ ਤੁਹਾਨੂੰ ਲਿਖਤੀ ਬਚਨ ਦੇ ਦੁਬਾਰਾ ਸਮਝਾਉਂਦਾ ਤੁਸੀਂ ਉਹਦੀ ਗੱਲ ਨੂੰ ਇਗਨੋਰ ਕਰਦੇ ਨੇ ਜਦੋਂ ਪਰਮੇਸ਼ਰ ਵਿੱਚ ਨਹੀਂ ਸੀ ਉਹ ਪੈਸੇ ਦੇ ਉੱਪਰ ਜਾਦੂ ਟੋਣਾ ਕਰਦਾ ਸੀ ਪਰ ਅੱਜ ਉਹ ਪ੍ਰਭੂ ਜੀ ਕਹਿ ਰਹੇ ਕਿਸ ਜਗ੍ਹਾ ਤੇ ਆ ਅੱਜ ਉਹ ਇਸ ਜਗ੍ਹਾ ਤੇ ਆ ਪਹਿਲੇ ਉਹ ਪੈਸੇ ਦੇ ਉੱਪਰ ਜਾਦੂ ਟੋਣਾ ਕਰਦਾ ਸੀ ਅੱਜ ਉਹ ਪ੍ਰਭੂ ਜੀ ਕਹਿ ਰਹੇ ਕਿ ਉਹ ਜਗ੍ਹਾ ਤੇ ਆ ਦਿਨ ਰਾਤ ਮੈਡੀਸਨ ਕੋਈ ਫਰਕ ਨਹੀਂ ਪ੍ਰਭੂ ਕਹਿ ਰਿਹਾ ਸੁਪਰ ਸੰਡੇ ਇਹ ਡਿਲੀਵਰ ਮੀਟਿੰਗ ਉਹਨਾਂ ਲੋਕਾਂ ਦੇ ਵਾਸਤੇ ਆ ਜਿਹੜੇ ਲੋਕ ਅੱਜ ਆਵਾਜ਼ ਨੂੰ ਸੁਣਨਗੇ ਮੰਨਣਗੇ ਔਰ ਆਜ਼ਾਦ ਹੋਣਗੇ ਜਿਹਨਾਂ ਲੋਕਾਂ ਨੇ ਸੁਣਿਆ ਕਿ ਅੱਜ ਦੀ ਡਿਲੀਵਰੈਂਸ ਮੀਟਿੰਗ ਉਹਨਾਂ ਵਾਸਤੇ ਆ ਜਿਹੜੇ ਲੋਕ ਆਵਾਜ਼ ਨੂੰ ਸੁਣਨਗੇ ਮੰਨਣਗੇ ਤੋਂ ਫ੍ਰੀ ਹੋਣਗੇ ਦਿਖਾਈ ਦਿੰਦਾ ਉਹਨਾਂ ਦੇ ਇੱਕ ਲਾਈਨ ਵੱਖਰੀ ਲਗਾਓ
ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਉਹਨਾਂ ਦੀ ਲਾਈਨ ਵੱਖਰੀ ਲਗਾਓ ਜਿਨ੍ਹਾਂ ਦੇ ਸਿਰ ਭਾਰੇ ਨੇ ਉਹਨਾਂ ਦੀ ਇੱਕ ਲਾਈਨ ਵੱਖਰੀ ਕਰੋ ਜਿਹੜੇ ਨਿਰਾਸ਼ ਆਪਣੇ ਜੀਵਨ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਕੁਛ ਹੋ ਕਿਉਂ ਨਹੀਂ ਰਿਹਾ ਜੀ ਕਹਿ ਰਹੇ ਕਿ ਉਹਨਾਂ ਦੇ ਵਾਸਤੇ ਕੀ ਵਾਰਿਆ ਕਿ ਸੱਚੇ ਦਿਲ ਤੋਂ ਚੱਲਣਾ ਸ਼ੁਰੂ ਕਰ ਆਪਣੀ ਮਰਜ਼ੀ ਨਾ ਕਰ ਮੇਰੇ ਬੱਚੇ ਨੂੰ ਨਾ ਟੁਕਰਾ ਜੋ ਮੇਰਾ ਦਾਸ ਬੋਲਦਾ ਕਰਨਾ ਜਾ ਤੂੰ ਇੱਕ ਦਿਨ ਆਪਣੇ ਜੀਵਨ ਚ ਵੱਡੀ ਆਸ਼ੀਸ਼ ਨੂੰ ਦੇਖੇਗਾ ਜਿਹਨਾਂ ਲੋਕਾਂ ਨੇ ਸੁਣਿਆ ਬਿਨਾਂ ਬਿੰਦ ਦੀ ਆਵਾਜ਼ ਨਹੀਂ ਆਈ ਪ੍ਰਭੂ ਕਹਿ ਰਹੇ ਕੋ ਪਿੱਤੇ ਦੀ ਪੱਥਰੀ ਤੋਂ ਫਰੀ ਹੋ ਰਿਹਾ ਵਾ ਕਹਿੰਦੀ ਪਿੱਤੇ ਦੇ ਵਿੱਚੋਂ ਪੱਥਰੀ ਗਾਇਬ ਹੋ ਰਹੀ ਆ ਪ੍ਰਭੂ ਜੀ ਕਹਿ ਰਹੇ ਕਿ ਟੈਸਟ ਰਿਪੋਰਟਾਂ ਬਿਲਕੁਲ ਨਾਰਮਲ ਹੋਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਤਾਂ ਆਮੀਨ ਨੂੰ ਚਾਰ ਲੱਭਾ ਆਮੀਨ ਜੋਰ ਦੀ ਤਾਰੀਫ ਯਿਸੂ ਦੀ ਘੁੱਟਣਿਆਂ ਦੇ ਹੋ ਕੇ ਪ੍ਰੇਅਰ ਕਰਨੀ ਸ਼ੁਰੂ ਕਰੋ ਆਪਣੇ ਘਰਾਂ ਦੇ ਵਿੱਚ ਜਿਸ ਤਰ੍ਹਾਂ ਡੈਨੀਅਲ ਦਾ ਵਾਚਾ ਸੀ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਕਿ ਬੋਲ ਕਿ ਜਿਸ ਤਰ੍ਹਾਂ ਡੈਨੀਅਲ ਤਿੰਨ ਵਾਰ ਪ੍ਰੇਅਰ ਕਰਦਾ ਸੀ ਘੁੱਟਣਿਆਂ ਦੇ ਹੋ ਕੇ ਜਿਹੜੇ ਲੋਕ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੇ ਵਾਸਤੇ ਕੀ ਆ ਗਿਆ ਤੁਹਾਡੀ ਪ੍ਰੋਬਲਮ ਦਾ ਕਾਰਨ ਤੁਸੀਂ ਆਪ ਜੀ ਤੁਹਾਡੇ ਮਨ ਦੀਆਂ ਵਿਚਾਰਾਂ ਪ੍ਰਭੂ ਜੀ ਕਹਿੰਦੇ ਕਿ ਬਹੁਤ ਵੱਡੀਆਂ ਵਾ ਪਰ ਮਿਹਨਤ ਬਹੁਤ ਘੱਟ ਆ ਜਿਹੜੇ ਲੋਕ ਸੁਣ ਰਹੇ ਨੇ ਤੁਹਾਡੇ ਮਨ ਦੀਆਂ ਵਿਚਾਰਾਂ ਬੜੀਆਂ ਵੱਡੀਆਂ ਵਾ ਪਰ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੀ ਮਿਹਨਤ ਬਿਲਕੁਲ ਜੀਰੋ ਆ ਜੀਰੋ